ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ। ਅੱਜ ਆਪਾਂ ਲੈ ਕੇ ਹਾਜ਼ਰ ਹਾਂ ਹਰਜੀਤ ਕੌਰ ਦੁਆਰਾ ਲਿਖਿਆ ਗਿਆ ਨਾਵਲ ਸਾਡਾ ਸਮਾਜ ਇਜਾਜ਼ਤ ਨਹੀਂ ਦਿੰਦਾ ਦਾ ਭਾਗ 19 ਮਲੈਕੀ। ਆਓ ਸ਼ੁਰੂ ਕਰੀਏ। ਉਮੀਦ ਹੈ ਤੁਹਾਨੂੰ ਅੱਜ ਦਾ ਇਹ ਭਾਗ ਵਧੀਆ ਲੱਗੇਗਾ। ਰੋਹਨ ਆਪਣੀ ਮਾਂ ਨੂੰ ਖੁਸ਼ ਵੇਖ ਕੇ ਬਹੁਤ ਖੁਸ਼ ਹੁੰਦਾ ਹੈ ਕਿ ਮੇਰੇ ਵਿਆਹ ਦੇ ਨਾਂ ਤੇ ਮੇਰੀ ਮਾਂ ਕਿੰਨੀ ਖੁਸ਼ ਆ। ਮੈਨੂੰ ਆਪਣੇ ਮਾਂ ਬਾਪ ਦੀਆਂ ਖੁਸ਼ੀਆਂ ਦਾ ਖਿਆਲ ਰੱਖਣਾ ਚਾਹੀਦਾ ਆ। ਜੇ ਮੇਰੇ ਮਾਂ ਬਾਪ ਹੀ ਖੁਸ਼ ਨਾ ਹੋਈ ਤਾਂ ਮੈਂ ਜੋ ਮਰਜ਼ੀ ਬਣ ਜਾਵਾਂ ਉਸ ਦਾ ਕੋਈ ਫਾਇਦਾ ਨਹੀਂ। ਅਵਨੀਸ਼ ਰਾਤ ਨੂੰ ਆ ਕੇ ਰੋਹਨ ਨੂੰ ਕਹਿੰਦਾ ਕਿ ਬੇਟਾ ਤੂੰ ਇਹ ਸਮਝਦਾਰ ਆ, ਅਸੀਂ ਤੇਰੇ ਨਾਲ ਕੋਈ ਧੱਕਾ ਨਹੀਂ ਕਰਨਾ ਚਾਹੁੰਦੇ। ਤੇਰੀ ਮਾਂ ਤਾਂ ਐਵੇਂ ਤੈਨੂੰ ਕਹੀ ਜਾਂਦੀ ਆ, ਤੇਰਾ ਜਦੋਂ ਮਨ ਕਰੇ ਉਦੋਂ ਹੀ ਵਿਆਹ ਕਰਵਾਈ। ਸਾਡੀ ਖੁਸ਼ੀ ਲਈ ਕਿਸੇ ਦੀ ਧੀ ਨਾਲ ਬੇਇਨਸਾਫੀ ਨਾ ਕਰੇ। ਜਦੋਂ ਤੂੰ ਮਨ ਤੋਂ ਕਿਸੇ ਨੂੰ ਅਪਣਾਉਣ ਲਈ ਤਿਆਰ ਹੋਵੇਂ ਉਦੋਂ ਹੀ ਵਿਆਹ ਕਰਨ ਬਾਰੇ ਸੋਚੀ। ਪਾਪਾ ਮੈਂ ਸੋਚ ਲਿਆ ਹੈ ਤੇ ਮੈਂ ਵਿਆਹ ਲਈ ਤਿਆਰ ਹਾਂ, ਤੁਸੀਂ ਲੜਕੀ ਪਸੰਦ ਕਰ ਲਵੋ। ਮੈਂ ਵਾਅਦਾ ਕਰਦਾ ਹਾਂ ਕਿ ਉਸ ਨਾਲ ਬੇਇਨਸਾਫੀ ਨਹੀਂ ਕਰਾਂਗਾ। ਉਹ ਸੋਚਦਾ ਹੈ ਕਿ ਵਿਮੀ ਦੇ ਪਿਆਰ ਨੂੰ ਭੁੱਲ ਤਾਂ ਨਹੀਂ ਸਕਦਾ, ਦਿਲ ਦੇ ਅੰਦਰ ਹੀ ਦਫ਼ਨ ਕਰ ਦਿਆਂਗਾ ਤੇ ਆਪਣੀ ਹੋਣ ਵਾਲੀ ਪਤਨੀ ਨੂੰ ਉਸਦਾ ਪੂਰਾ ਹੱਕ ਦਿਆਂਗਾ। ਚੱਲ ਬੇਟਾ ਠੀਕ ਆ, ਮੈਨੂੰ ਤੇਰੇ ਤੇ ਪੂਰਾ ਭਰੋਸਾ ਆ ਕਿ ਤੂੰ ਜੋ ਕਹੇਂਗਾ ਉਹ ਗੱਲ ਪੂਰੀ ਕਰੇਂਗਾ। ਸੁਸ਼ਮਾ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ, ਪਰ ਤੁਹਾਨੂੰ ਮੇਰੀ ਗੱਲ ਤੇ ਇਤਵਾਰ ਕਿੱਥੇ ਆਉਂਦਾ ਆ। ਮੈਂ ਕੀਰਤ ਨੂੰ ਫੋਨ ਕਰਕੇ ਦੱਸਦੀ ਹਾਂ ਕਿ ਤੇਰਾ ਵੀਰਾ ਵਿਆਹ ਲਈ ਮੰਨ ਗਿਆ ਹੈ ਤੇ ਉਹ ਕੀਰਤ ਨੂੰ ਫੋਨ ਕਰਦੀ ਆ। ਕੀਰਤ ਜਦੋਂ ਫੋਨ ਤੇ ਰੋਹਨ ਦੇ ਵਿਆਹ ਦੀ ਗੱਲ ਸੁਣਦੀ ਆ ਤਾਂ ਉਹ ਜਾਣ ਬੁੱਝ ਕੇ ਲੌਬੀ ਵਿੱਚ ਬੈਠ ਆਪਣੀ ਮਾਂ ਨਾਲ ਉੱਚੀ ਆਵਾਜ਼ ਵਿੱਚ ਗੱਲ ਕਰਦੀ ਆ ਤਾਂ ਜੋ ਬਿੰਮੀ ਦੇ ਦਿਲ ਨੂੰ ਸੱਟ ਵੱਜੇ ਤੇ ਉਹ ਆਪਣੀ ਦਿਲ ਦੀ ਗੱਲ ਕਹਿ ਦੇਵੇ। ਕੀਰਤ ਅੱਛਾ ਮੰਮੀ ਵੀਰਾ ਵਿਆਹ ਲਈ ਮੰਨ ਗਿਆ ਹੈ, ਚਲੋ ਫਿਰ ਤਾਂ ਬਹੁਤ ਵਧੀਆ, ਮੇਰੀ ਵੀ ਭਾਬੀ ਆ ਜਾਵੇਗੀ। ਬਿੰਮੀ ਜਦੋਂ ਰੋਹਨ ਦੇ ਵਿਆਹ ਦੀ ਗੱਲ ਸੁਣਦੀ ਆ ਤਾਂ ਉਸਦੇ ਦਿਲ ਨੂੰ ਹੌਲ ਜਿਹਾ ਪੈਂਦਾ ਹੈ, ਪਰ ਫਿਰ ਉਹ ਸੋਚਦੀ ਆ ਕਿ ਮੈਂ ਆਪਣਾ ਮਨ ਡੁਲਾ ਨਹੀਂ ਸਕਦੀ, ਮਸਾਂ ਹੀ ਤਾਂ ਰੋਹਨ ਵਿਆਹ ਲਈ ਰਾਜੀ ਹੋਇਆ ਹੈ, ਮੈਂ ਹੁਣ ਉਸਦੀ ਜ਼ਿੰਦਗੀ ਵਿੱਚ ਵਾਪਸ ਨਹੀਂ ਜਾ ਸਕਦੀ। ਪਿਆਰ ਪਾ ਲੈਣ ਨਾਲ ਹੀ ਪੂਰਾ ਨਹੀਂ ਹੁੰਦਾ, ਪਿਆਰ ਲਈ ਕੁਰਬਾਨੀ ਵੀ ਪਿਆਰ ਦਾ ਹੀ ਰੂਪ ਆ। ਮੈਂ ਕਿਉਂ ਉਸਦੀ ਜ਼ਿੰਦਗੀ ਖਰਾਬ ਕਰਾਂ ਤੇ ਉਹ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਲੈਂਦੀ ਆ ਤਾਂ ਜੋ ਕੀਰਤ ਦੀਆਂ ਗੱਲਾਂ ਨਾ ਸੁਣ ਸਕੇ। ਕੀਰਤ ਉਸਨੂੰ ਦਰਵਾਜ਼ਾ ਬੰਦ ਕਰਦੀ ਵੇਖ ਕੇ ਸੋਚਦੀ ਆ ਕਿ ਵਿਮੀ ਕਮਰੇ ਦਾ ਦਰਵਾਜ਼ਾ ਬੰਦ ਕਰਨ ਨਾਲ ਦਿਲ ਦੇ ਦਰਵਾਜ਼ੇ ਤਾਂ ਬੰਦ ਨਹੀਂ ਹੋ ਜਾਂਦੇ, ਤੂੰ ਕਿਉਂ ਆਪਣੇ ਆਪ ਨੂੰ ਸਜ਼ਾ ਦੇ ਰਹੀ ਆ। ਕੀਰਤ ਨਹੀਂ ਚਾਹੁੰਦੀ ਕਿ ਉਸਦੇ ਭਰਾ ਦਾ ਪਿਆਰ ਉਸ ਤੋਂ ਦੂਰ ਹੋਵੇ। ਉਹ ਜਾਣਦੀ ਆ ਕਿ ਰੋਹਨ ਨੇ ਮੰਮੀ ਪਾਪਾ ਦੀ ਖੁਸ਼ੀ ਲਈ ਹੀ ਵਿਆਹ ਲਈ ਹਾਂ ਕੀਤੀ ਹੋਵੇਗੀ। ਉਸਦੇ ਦਿਲ ਵਿੱਚ ਤਾਂ ਵਿਮੀ ਹੀ ਵਸੀ ਹੋਈ ਆ ਤੇ ਪਹਿਲਾ ਪਿਆਰ ਕਦੇ ਦਿਲ ਵਿੱਚੋਂ ਖਤਮ ਨਹੀਂ ਹੁੰਦਾ। ਸੁਸ਼ਮਾ ਆਪਣੇ ਰਿਸ਼ਤੇਦਾਰਾਂ ਨੂੰ ਰੋਹਨ ਲਈ ਪੜ੍ਹੀ ਲਿਖੀ ਤੇ ਵਧੀਆ ਖਾਨਦਾਨ ਦੀ ਕੁੜੀ ਲੱਭਣ ਲਈ ਕਹਿੰਦੀ ਆ। ਉਸ ਨੂੰ ਵੱਡੇ ਵੱਡੇ ਘਰਾਂ ਦੀਆਂ ਕਈ ਕੁੜੀਆਂ ਦੇ ਰਿਸ਼ਤੇ ਆਉਣ ਲੱਗਦੇ ਹਨ। ਰੋਹਨ ਵਰਗਾ ਲਾਇਕ ਤੇ ਸਾਊ ਮੁੰਡਾ ਆਪਣੀ ਧੀ ਲਈ ਕੌਣ ਨਹੀਂ ਲੱਭਦਾ, ਉੱਤੋਂ ਡਿਪਟੀ ਕਮਿਸ਼ਨਰ ਲੱਗਾ ਹੋਵੇ। ਸੁਸ਼ਮਾ ਰੋਹਨ ਨੂੰ ਕਹਿੰਦੀ ਹੈ ਕਿ ਵੇਖ ਲੈ ਜਿਹੜੀ ਕੁੜੀ ਤੈਨੂੰ ਪਸੰਦ ਹੋਵੇਗੀ ਉਸ ਨਾਲ ਹੀ ਤੇਰਾ ਰਿਸ਼ਤਾ ਤੈਅ ਕਰਾਂਗੇ। ਰੋਹਨ ਕਹਿੰਦਾ ਹੈ ਕਿ ਮੰਮੀ ਜਿਹੜੀ ਕੁੜੀ ਤੁਹਾਨੂੰ ਪਸੰਦ ਹੋਵੇ ਉਸ ਨਾਲ ਰਿਸ਼ਤਾ ਕਰ ਲਵੋ, ਐਵੇਂ ਕਿਸੇ ਦੀ ਧੀ ਨੂੰ ਵੇਖ ਕੇ ਨਾ ਨਹੀਂ ਕਰਨੀ। ਸੁਸ਼ਮਾ ਕੀਰਤ ਨੂੰ ਫੋਨ ਕਰਦੀ ਆ ਕਿ ਰੋਹਨ ਲਈ ਲੜਕੀ ਵੇਖਣੀ ਆ, ਤੂੰ ਤੇ ਸੋਨੂੰ ਕੱਲ ਨੂੰ ਆ ਜਾਇਓ। ਕੀਰਤ ਕਹਿੰਦੀ ਆ ਕਿ ਮੰਮੀ ਤੁਸੀਂ ਕਾਹਲੀ ਨਾ ਕਰੋ, ਵੀਰੇ ਨੂੰ ਚੰਗੀ ਤਰ੍ਹਾਂ ਸੋਚ ਵਿਚਾਰ ਕਰ ਲੈਣ ਦਿਓ। ਸੁਸ਼ਮਾ ਕਹਿੰਦੀ ਆ ਕਿ ਇਸਨੇ ਸੋਚ ਵਿਚਾਰ ਕਰਕੇ ਹੀ ਕਿਹਾ ਹੈ, ਜੇ ਹੁਣ ਉਹ ਮੰਨਿਆ ਹੈ ਤਾਂ ਤੂੰ ਨਾ ਨਾ ਕਰ, ਉਹ ਕੁੜੀ ਨੂੰ ਤਾਂ ਮੈਂ ਕਿਸੇ ਹਾਲਤ ਵਿੱਚ ਆਪਣੀ ਨੂੰਹ ਨਹੀਂ ਬਣਾਉਣਾ। ਕੀਰਤ ਸੁਸ਼ਮਾ ਨੂੰ ਕਹਿੰਦੀ ਆ ਕਿ ਮੰਮੀ ਜੇ ਵੀਰਾ ਤੁਹਾਡੀ ਖੁਸ਼ੀ ਦਾ ਖਿਆਲ ਰੱਖਦਾ ਤਾਂ ਤੁਸੀਂ ਵੀ ਉਸਦੀ ਖੁਸ਼ੀ ਦਾ ਖਿਆਲ ਰੱਖੋ,
ਐਵੇਂ ਧੱਕੇ ਨਾਲ ਉਹਨੂੰ ਵਿਆਹ ਲਈ ਮਜਬੂਰ ਨਾ ਕਰੋ। ਸੁਸ਼ਮਾ, ਉਸਨੇ ਆਪ ਹੀ ਕਿਹਾ ਹੈ। ਅਸੀਂ ਕਿਹੜਾ ਉਸਨੂੰ ਮਜਬੂਰ ਕੀਤਾ ਆ, ਉਸਨੇ ਆਪ ਹੀ ਕਿਹਾ ਹੈ। ਤੂੰ ਹੁਣ ਨਾ ਨੁੱਕਰ ਕਰਨ ਲੱਗ ਪੈ, ਕੱਲ ਨੂੰ ਦੋਵੇਂ ਆ ਜਾਇਓ। ਕੀਰਤ ਸੋਚਦੀ ਆ ਕਿ ਵੀਰੇ ਨੇ ਕੱਲ ਦਾ ਵਿਮੇ ਦਾ ਵਿਵਹਾਰ ਵੇਖ ਕੇ ਹੀ ਹਾਂ ਕੀਤੀ ਹੋਣੀ ਹੈ। ਉਹ ਜਾਣਬੁੱਝ ਕੇ ਵਿਮੇ ਕੋਲ ਜਾ ਕੇ ਕਹਿੰਦੀ ਆ ਕਿ ਮੈਂ ਕੱਲ ਵੀਰੇ ਲਈ ਕੁੜੀ ਵੇਖਣ ਜਾਣਾ, ਆ ਵੇਖੀ ਮੈਂ ਕਿਹੜਾ ਸੂਟ ਪਾ ਕੇ ਜਾਵਾਂ। ਵਿਮੇ ਕਹਿੰਦੀ ਆ ਕਿ ਆਹ ਰੈੱਡ ਕਲਰ ਵਾਲਾ ਪਾ ਜਾ। ਕੀਰਤ ਵੇਖਦੀ ਆ ਕਿ ਵਿਮੇ ਨੂੰ ਇਹ ਗੱਲ ਸੁਣ ਕੇ ਵੀ ਕੋਈ ਫਰਕ ਨਹੀਂ ਪਿਆ। ਵਿਮੇ ਸੋਚਦੀ ਆ ਚੰਗਾ ਹੋਇਆ ਹੈ ਰੋਹਨ ਵਿਆਹ ਲਈ ਮੰਨ ਗਿਆ, ਉਸਦੇ ਮੰਮੀ ਪਾਪਾ ਉਸ ਲਈ ਕਿੰਨੇ ਦੁਖੀ ਹੁੰਦੇ ਹੋਣਗੇ। ਵਿਆਹ ਕਰਾ ਕੇ ਜਦੋਂ ਉਹ ਆਪਣੇ ਪਰਿਵਾਰ ਵਿੱਚ ਰੁੱਝ ਗਿਆ ਤਾਂ ਆਪੇ ਮੈਨੂੰ ਭੁੱਲ ਜਾਵੇਗਾ। ਰੋਹਨ, ਤੂੰ ਮੇਰੇ ਦਿਲ ਵਿੱਚ ਭਗਵਾਨ ਦੀ ਤਰ੍ਹਾਂ ਹਰ ਪਲ ਵਸਿਆ ਹੋਇਆ ਹੈ, ਪਰ ਮੇਰਾ ਪਿਆਰ ਮੈਨੂੰ ਤੇਰੀ ਜ਼ਿੰਦਗੀ ਨੂੰ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਮੈਂ ਤੇਰੀ ਜ਼ਿੰਦਗੀ ਖੁਸ਼ੀਆਂ ਨਾਲ ਕਰਨੀ ਚਾਹੁੰਦੀ ਹਾਂ, ਤੇਰੀ ਤੇ ਆਪਣੀ ਜ਼ਿੰਦਗੀ ਤੇ ਤੌਮ ਤਾਂ ਨਹੀਂ ਲਗਾਉਣਾ ਚਾਹੁੰਦੀ। ਕਿੱਥੇ ਗੁਆਚ ਗਈ ਆ ਵਿਮੀ ਭੈਣੇ, ਅਜੇ ਵੀ ਕੁਛ ਨਹੀਂ ਵਿਗੜਿਆ। ਮੰਮੀ ਪਾਪਾ ਆਪਣੇ ਪੁੱਤਰ ਦੀ ਖੁਸ਼ੀ ਲਈ ਮੰਨ ਹੀ ਜਾਂਦੇ ਹਨ, ਇੱਕ ਵਾਰ ਦੀ ਜੇ ਰਿਸ਼ਤਾ ਹੋ ਗਿਆ ਤਾਂ ਔਖਾ ਹੋ ਜਾਣਾ ਆ। ਮੇਰਾ ਵੀਰਾ ਤੈਨੂੰ ਪਿਆਰ ਕਰਦਾ ਆ ਤੇ ਕਰਦਾ ਰਹੇਗਾ, ਭਾਵੇਂ ਵਿਆਹ ਕਰਵਾ ਵੀ ਲਵੇ। ਮੈਂ ਤੇਰੇ ਲਈ ਉਸਦੀ ਦੀਵਾਨਗੀ ਨੂੰ ਅੱਜ ਵੀ ਉਸਦੀਆਂ ਅੱਖਾਂ ਵਿੱਚ ਵੇਖਦੀ ਹਾਂ। ਮੈਂ ਆਪਣੇ ਵੀਰੇ ਦੀ ਖੁਸ਼ੀ ਲਈ ਤੇਰੇ ਅੱਗੇ ਹੱਥ ਜੋੜਦੀ ਹਾਂ ਕਿ ਤੂੰ ਇੱਕ ਵਾਰ ਹਾਂ ਕਹਿ ਦੇ, ਬਾਕੀ ਸਭ ਮੈਂ ਆਪੇ ਸੰਭਾਲ ਲਵਾਂਗੀ। ਵਿਮੀ, ਕਿਰਤ, ਤੂੰ ਬਚਪਨਾ ਛੱਡ ਦੇ, ਆਪਣੇ ਮੰਮੀ ਪਾਪਾ ਦਾ ਕਿਹਾ ਮੰਨ ਤੇ ਆਪਣੇ ਵੀਰੇ ਲਈ ਕੁੜੀ ਵੇਖਣ ਜਾ। ਜੋ ਨਹੀਂ ਹੋ ਸਕਦਾ ਉਸ ਬਾਰੇ ਖਿਆਲੀ ਪੁਲਾਓ ਨਹੀਂ ਪਕਾਈ ਦੇ। ਕਿਰਤ, ਤੂੰ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਹੋਈ ਆ, ਨਾ ਆਪਣੇ ਬਾਰੇ ਸੋਚਦੀ ਆ ਤੇ ਨਾ ਵੀਰੇ ਬਾਰੇ, ਦੋਵਾਂ ਦੀ ਜ਼ਿੰਦਗੀ ਬਰਬਾਦ ਕਰੇਂਗੀ। ਤੇ ਉਹ ਗੁੱਸੇ ਨਾਲ ਆਪਣੇ ਕਮਰੇ ਵਿੱਚ ਚਲੀ ਜਾਂਦੀ ਆ ਤੇ ਕਹਿੰਦੀ ਆ ਕਿ ਇਹ ਬਹੁਤ ਜ਼ਿੱਦੀ ਆ, ਕਿਸੇ ਦੀ ਗੱਲ ਨਹੀਂ ਸੁਣਦੀ। ਕਿਰਤ ਰੋਹਨ ਨੂੰ ਫੋਨ ਕਰਦੀ ਆ ਕਿ ਵੀਰੇ, ਮੰਮੀ ਦਾ ਫੋਨ ਆਇਆ ਸੀ ਕਿ ਤੇਰੇ ਲਈ ਕੁੜੀ ਵੇਖਣੀ ਆ, ਕਿ ਤੂੰ ਉਹਨਾਂ ਨੂੰ ਵਿਆਹ ਲਈ ਹਾਂ ਕਰ ਦਿੱਤੀ। ਰੋਹਨ ਕਹਿੰਦਾ ਹੈ ਕਿ ਕੀਰਤ, ਮੈਂ ਹੁਣ ਮੰਮੀ ਪਾਪਾ ਦੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦਾ ਹਾਂ, ਮੈਂ ਉਹਨਾਂ ਦੀ ਖੁਸ਼ੀ ਲਈ ਵਿਆਹ ਕਰਾ ਰਿਹਾ ਹਾਂ। ਮਾਂ ਬਾਪ ਖੁਸ਼ ਹੋਣ ਤਾਂ ਕਹਿੰਦੇ ਰੱਬ ਖੁਸ਼ ਹੁੰਦਾ ਆ, ਇਸ ਕਰਕੇ ਮੈਂ ਉਹਨਾਂ ਦੀ ਖੁਸ਼ੀ ਲਈ ਜੋ ਉਹ ਚਾਹੁੰਦੇ ਹਨ ਉਹੀ ਕਰਾਂਗਾ। ਵਿਮੀ ਤਾਂ ਉਂਝ ਵੀ ਮੰਨਦੀ ਨਹੀਂ, ਫਿਰ ਉਸਨੂੰ ਵਾਰ ਵਾਰ ਕਹਿਣ ਦਾ ਕੀ ਫਾਇਦਾ, ਮੈਂ ਹੁਣ ਉਸਨੂੰ ਕਿਸੇ ਗੱਲ ਲਈ ਮਜ਼ਬੂਰ ਨਹੀਂ ਕਰਨਾ ਚਾਹੁੰਦਾ। ਉਸਦੀ ਗੱਲ ਵੀ ਆਪਣੀ ਥਾਂ ਠੀਕ ਆ। ਕੀਰਤ, ਪਰ ਵੀਰੇ ਕੀ ਤੂੰ ਵਿਮੀ ਤੋਂ ਬਿਨਾਂ ਖੁਸ਼ ਰਹਿ ਸਕੇਂਗਾ? ਰੋਹਨ, ਕੀਰਤ ਜੇ ਉਹ ਇਸ ਤਰ੍ਹਾਂ ਹੀ ਖੁਸ਼ ਆ ਤਾਂ ਮੈਨੂੰ ਉਹਦੀ ਖੁਸ਼ੀ ਹੀ ਚਾਹੀਦੀ ਆ, ਤੇ ਵਿਆਹ ਮੈਂ ਆਪਣੀ ਮੰਮੀ ਪਾਪਾ ਦੀ ਖੁਸ਼ੀ ਲਈ ਕਰਵਾ ਰਿਹਾ ਆ। ਕੀਰਤ, ਤੁਸੀਂ ਦੋਵੇਂ ਦੂਜਿਆਂ ਦੀ ਖੁਸ਼ੀ ਲਈ ਜੀ ਲਵੋ, ਆਪਣੇ ਆਪ ਲਈ ਨਾ ਕੁਛ ਕਰਿਓ। ਰੋਹਨ, ਕੀਰਤ ਆਪਣੀ ਮਰਜ਼ੀ ਨਾਲ ਕੁਛ ਨਹੀਂ ਹੁੰਦਾ, ਜੋ ਰੱਬ ਨੂੰ ਮਨਜ਼ੂਰ ਹੁੰਦਾ ਹੈ ਉਹੀ ਹੁੰਦਾ ਆ, ਤੇ ਸਾਨੂੰ ਉਸਦੀ ਰਜ਼ਾ ਵਿੱਚ ਖੁਸ਼ ਰਹਿਣਾ ਚਾਹੀਦਾ ਆ, ਕਿਉਂਕਿ ਅਸੀਂ ਕੁਛ ਹੋਰ ਕਰ ਵੀ ਨਹੀਂ ਸਕਦੇ। ਮੰਮੀ ਪਾਪਾ ਜੋ ਵੀ ਕਰਨਗੇ ਠੀਕ ਹੀ ਕਰਨਗੇ, ਮਾਂ ਬਾਪ ਕਦੇ ਬੱਚੇ ਦਾ ਬੁਰਾ ਨਹੀਂ ਸੋਚਦੇ। ਸਵੇਰੇ ਆ ਜਾਵੀਂ, ਤੂੰ ਆਪਣੀ ਭਾਬੀ ਵੇਖਣ ਜਾਣਾ ਆ। ਕੀਰਤ, ਠੀਕ ਆ ਵੀਰੇ, ਜੇ ਤੂੰ ਕਹਿਣਾ ਆ ਤਾਂ ਮੈਂ ਸਵੇਰੇ ਆਪਣੀ ਭਾਬੀ ਵੇਖਣ ਆ ਜਾਵਾਂਗੀ। ਸਵੇਰੇ ਸੋਨੂੰ ਤੇ ਕੀਰਤ ਤਿਆਰ ਹੋ ਮੰਮੀ ਪਾਪਾ ਦੇ ਘਰ ਆ ਜਾਂਦੇ ਹਨ। ਉਹ ਦੋਵੇਂ ਵੀ ਚਾਵਾਂ ਨਾਲ ਤਿਆਰ ਹੋ ਰਹੇ ਸਨ। ਸੋਨੂੰ ਤੇ ਕੀਰਤ ਉਹਨਾਂ ਨੂੰ ਮਿਲਦੇ ਹਨ ਤੇ ਕੀਰਤ ਕਹਿੰਦੀ, ਮੰਮੀ ਵੀਰਾ ਕਿੱਥੇ ਆ? ਸੁਸ਼ਮਾ ਕਹਿੰਦੀ ਕਿ ਉਹ ਆਪਣੇ ਕਮਰੇ ਵਿੱਚ ਤਿਆਰ ਹੋ ਰਿਹਾ ਆ। ਸੋਨੂੰ ਤੇ ਕੀਰਤ ਰੋਹਨ ਦੇ ਕਮਰੇ ਵਿੱਚ ਚਲੇ ਜਾਂਦੇ ਹਨ। ਰੋਹਨ ਅਜੇ ਬੈੱਡ ਤੇ ਲੰਮਾ ਪਿਆ ਸੀ। ਸੋਨੂੰ ਕਹਿੰਦਾ, ਕੀ ਗੱਲ ਦੁੱਲੇ ਰਾਜਾ, ਅਜੇ ਤਿਆਰ ਨਹੀਂ ਹੋਏ?
ਤਾਂ ਰੋਹਨ ਕਹਿੰਦਾ, ਮੈਂ ਕਿਹੜਾ ਦੇਰ ਲਾਉਣੀ ਆ, ਪੈਂਟ ਕਮੀਜ਼ ਪਾਈ ਤੇ ਤਿਆਰ ਹੋ ਗਿਆ। ਐਵੇਂ ਪਹਿਲਾਂ ਹੀ ਕੱਪੜਿਆਂ ਨੂੰ ਵੱਟ ਪਾ ਲੈਂਦਾ। ਕੀਰਤ ਉਸਦੇ ਦਿਲ ਦੀ ਗੱਲ ਸਮਝਦੀ ਸੀ, ਪਰ ਸੋਨੂੰ ਦੇ ਨਾਲ ਹੋਣ ਕਰਕੇ ਕੋਈ ਗੱਲ ਨਹੀਂ ਕਰਦੀ ਤੇ ਕਹਿੰਦੀ ਆ, ਵੀਰੇ ਜਲਦੀ ਤਿਆਰ ਹੋ ਜਾਓ, 10 ਵੱਜ ਗਏ ਹਨ, ਆਪਾਂ 11 ਵਜੇ ਹੋਟਲ ਪਹੁੰਚਣਾ ਆ। ਸੁਸ਼ਮਾ ਉਹਨਾਂ ਲਈ ਜੂਸ ਪਾ ਕੇ ਲਿਆਉਂਦੀ ਆ। ਸੋਨੂੰ ਕਹਿੰਦਾ, ਮੰਮੀ ਜੀ ਚਾਹ ਨਾ ਬਣਾਇਓ, ਤੁਸੀਂ ਤਿਆਰ ਹੋ ਜਾਓ, ਆਪਾਂ ਲੇਟ ਨਾ ਹੋ ਜਾਈਏ। ਉਹ ਸਾਰੇ ਤਿਆਰ ਹੋ ਕੇ ਚੱਲ ਪੈਂਦੇ ਹਨ। ਲੜਕੀ ਵਾਲਿਆਂ ਲੁਧਿਆਣੇ ਹੋਟਲ ਵਿੱਚ ਹੀ ਆਉਣਾ ਸੀ। ਉਹ ਲੁਧਿਆਣਾ ਦੇ ਹੈਬੋਵਾਲ ਕਲਾਂ ਵਿੱਚ ਰਹਿੰਦੇ ਸਨ। ਸੁਸ਼ਮਾ ਦੀ ਚਾਚੇ ਦੀ ਬੇਟੀ ਅਨੂ ਰਿਸ਼ਤਾ ਕਰਾ ਰਹੀ ਸੀ, ਜੋ ਕੁੜੀ ਵਾਲਿਆਂ ਦੇ ਗੁਆਂਢ ਵਿੱਚ ਹੀ ਰਹਿੰਦੀ ਸੀ। ਚੰਗਾ ਕਾਰੋਬਾਰ ਸੀ ਕੁੜੀ ਵਾਲਿਆਂ ਦਾ ਤੇ ਕੁੜੀ ਸੋਹਣੀ ਸੁਨੱਖੀ ਤੇ ਪੜ੍ਹੀ ਲਿਖੀ ਸੀ। ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਮੁੰਡਾ ਸ਼ਹਿਰ ਦਾ ਡੀਸੀ ਆ, ਸੁਣ ਕੇ ਅਗਲੇ ਝੱਟ ਰਿਸ਼ਤੇ ਲਈ ਤਿਆਰ ਹੋ ਗਏ ਸਨ। ਉਧਰ ਰੇਨੂ ਵੇਖਦੀ ਆ ਕਿ ਕੀਰਤ ਤੇ ਸੋਨੂੰ ਕਿਤੇ ਚਲੇ ਗਏ ਹਨ। ਸ਼ੀਲਾ ਨੇ ਵੀ ਸਵੇਰ ਦਾ ਕੰਮ ਖਤਮ ਕੀਤਾ ਤੇ ਵਿਮੀ ਨੂੰ ਕਹਿੰਦੀ ਆ ਕਿ ਬੇਟਾ ਮੈਂ ਘਰ ਜਾਵਾਂ, ਦੁਪਹਿਰ ਦੀ ਰੋਟੀ ਟਾਈਮ ਆ ਜਾਵਾਂਗੀ। ਸ਼ੀਲਾ ਦੇ ਜਾਣ ਦੀ ਦੇਰ ਸੀ ਕਿ ਰੇਨੂ ਵਿਮੀ ਦੇ ਕਮਰੇ ਵਿੱਚ ਆਈ ਤੇ ਕਹਿੰਦੀ, ਚੱਲ ਨਿਕਲ ਇਥੋਂ ਮੇਰੇ ਘਰੋਂ, ਕੱਲਣੀ ਆਈ, ਮੇਰਾ ਪੁੱਤ ਮਰ ਗਿਆ ਤੇ ਉੱਤੋਂ ਕੁੜੀ ਜੰਮ ਤਰੀ, ਪਤਾ ਨੀ ਕਿਸ ਦੀ ਆ, ਤੇਰਾ ਕੀ ਪਤਾ ਏ, ਰਾਤਾਂ ਨੂੰ ਗੇਟ ਖੋਲ ਕੇ ਪਤਾ ਨੀ ਕਿੱਥੇ ਜਾਂਦੀ ਸੀ। ਅਸੀਂ ਨੀ ਕਿਸੇ ਦਾ ਗੰਦ ਆਪਣੇ ਘਰ ਵਿੱਚ ਰੱਖਣਾ, ਤੇ ਗੁੜੀਆ ਨੂੰ ਚੁੱਕ ਕੇ ਉਸੇ ਅੱਗੇ ਸੁੱਟਦੀ ਆ। ਵਿਮੀ ਨੇ ਛੇਤੀ ਛੇਤੀ ਗੁੜੀਆ ਨੂੰ ਫੜ ਲਿਆ, ਨਹੀਂ ਤਾਂ ਥੱਲੇ ਡਿੱਗ ਪੈਂਦੀ। ਵਿਮੀ ਨੇ ਗੁੜੀਆ ਨੂੰ ਚੁੱਕਿਆ ਤਾਂ ਰੇਨੂ ਨੇ ਉਸਨੂੰ ਧੱਕਾ ਮਾਰ ਗੇਟ ਤੋਂ ਬਾਹਰ ਕੱਢ ਦਿੱਤਾ ਤੇ ਗੇਟ ਬੰਦ ਕਰ ਲਿਆ। ਵਿਮੀ ਨੂੰ ਇਹ ਸਭ ਬਰਦਾਸ਼ਤ ਕਰਨ ਦੀ ਆਦਤ ਪੈ ਗਈ ਸੀ ਤੇ ਉਹ ਗੁੜੀਆ ਨੂੰ ਚੱਕ ਕੇ ਉੱਥੋਂ ਤੁਰ ਪਈ ਤੇ ਸੋਚ ਰਹੀ ਸੀ ਕਿ ਹੁਣ ਮੈਂ ਕਿੱਥੇ ਜਾਵਾਂ। ਤੇ ਉਹ ਤੁਰਦੀ ਹੋਈ ਇੱਕ ਮੰਦਿਰ ਵਿੱਚ ਪਹੁੰਚੀ ਤੇ ਉੱਥੇ ਬੈਠ ਗਈ। ਮੰਦਿਰ ਵਿੱਚ ਕੋਈ ਵੀ ਨਹੀਂ ਸੀ। ਉੱਥੇ ਇੱਕ ਔਰਤ ਤੇ ਉਸਦਾ ਪਤੀ ਮੰਦਿਰ ਵਿੱਚ ਮੱਥਾ ਟੇਕਣ ਆਈ ਤਾਂ ਇਕੱਲੀ ਲੜਕੀ ਨੂੰ ਬੈਠੇ ਵੇਖ ਪੁੱਛਣ ਲੱਗੇ ਕਿ ਬੇਟਾ ਤੂੰ ਇੱਥੇ ਕਿਉਂ ਬੈਠੀ ਆ? ਪਰ ਵਿਮੀ ਕੁਛ ਨਾ ਬੋਲੀ। ਉਸਨੇ ਸਮਝਿਆ ਸ਼ਾਇਦ ਉਹ ਬੋਲ ਨਹੀਂ ਸਕਦੀ, ਇਸ ਕਰਕੇ ਉਹ ਉਸਨੂੰ ਅਨਾਥ ਆਸ਼ਰਮ ਛੱਡ ਆਈ। ਅਨਾਥ ਆਸ਼ਰਮ ਵਾਲਿਆਂ ਵੀ ਉਸਨੂੰ ਪੁੱਛਣ ਦੀ ਕੋਸ਼ਿਸ਼ ਕੀਤੀ, ਪਰ ਵਿਮੀ ਕੁਛ ਵੀ ਬੋਲਣਾ ਨਹੀਂ ਚਾਹੁੰਦੀ ਸੀ। ਉਧਰ ਰੋਹਨ ਤੇ ਸ਼ਿਵਾਨੀ ਦੀ ਵੇਖ ਵਿਖਾਈ ਹੋਈ ਤਾਂ ਦੋਵਾਂ ਨੇ ਇੱਕ ਦੂਜੇ ਨੂੰ ਪਸੰਦ ਕਰ ਲਿਆ। ਰੋਹਨ ਨੇ ਕੀਰਤ ਨੂੰ ਕਿਹਾ ਕਿ ਮੰਮੀ ਪਾਪਾ ਤੇ ਤੈਨੂੰ ਲੜਕੀ ਪਸੰਦ ਆ ਤਾਂ ਠੀਕ ਆ। ਸ਼ਿਵਾਨੀ ਦੇ ਮੰਮੀ ਪਾਪਾ ਨੇ ਉਸਨੂੰ ਪੁੱਛਿਆ ਤਾਂ ਸ਼ਿਵਾਨੀ ਕਹਿੰਦੀ ਠੀਕ ਆ। ਦੋਵਾਂ ਦੇ ਮਾਪਿਆਂ ਨੇ ਕਿਹਾ ਕਿ ਕੱਲ ਰਿੰਗ ਸੈਰਮਨੀ ਕਰ ਲੈਂਦੇ ਹਾਂ। ਰੋਹਨ ਕਹਿੰਦਾ ਆ ਕਿ ਰਿੰਗ ਸੈਰਮਨੀ ਤੋਂ ਪਹਿਲਾਂ ਮੈਂ ਸ਼ਿਵਾਨੀ ਨਾਲ ਥੋੜਾ ਟਾਈਮ ਬਿਤਾਉਣਾ ਚਾਹੁੰਦਾ ਆ ਤਾਂ ਜੋ ਅਸੀਂ ਇੱਕ ਦੂਜੇ ਨੂੰ ਸਮਝ ਸਕੀਏ। ਦੋਵਾਂ ਦੇ ਮਾਂ ਬਾਪ ਮੰਨ ਗਏ ਕਿ ਸ਼ਾਮ ਨੂੰ ਤੁਸੀਂ ਥੋੜਾ ਸਮਾਂ ਇਕੱਠੇ ਘੁੰਮ ਫਿਰ ਲੈਣਾ। ਉਹ ਇੱਕ ਰੈਸਟੋਰੈਂਟ ਵਿੱਚ ਬੈਠ ਕੇ ਕਾਫੀ ਪੀਂਦੇ ਹਨ ਤਾਂ ਰੋਹਨ ਸ਼ਿਵਾਨੀ ਨੂੰ ਕਹਿੰਦਾ ਆ ਕਿ ਮੈਂ ਤੇਰੇ ਤੋਂ ਆਪਣੀ ਜ਼ਿੰਦਗੀ ਬਾਰੇ ਕੁਛ ਵੀ ਲੁਕਾਉਣਾ ਨਹੀਂ ਚਾਹੁੰਦਾ। ਉਹ ਉਸ ਨੂੰ ਆਪਣੇ ਤੇ ਵਿਮੀ ਦੇ ਪਿਆਰ ਬਾਰੇ ਦੱਸਦਾ ਹੈ ਤੇ ਕਹਿੰਦਾ ਆ ਕਿ ਉਸਦੇ ਮਾਂ ਬਾਪ ਨੇ ਉਸਦਾ ਵਿਆਹ ਹੋਰ ਜਗ੍ਹਾ ਕਰ ਦਿੱਤਾ। ਮੈਂ ਹੁਣ ਆਪਣੇ ਮਾਂ ਬਾਪ ਦੀ ਖੁਸ਼ੀ ਲਈ ਵਿਆਹ ਕਰਵਾ ਰਿਹਾ ਆ, ਪਰ ਵਿਮੀ ਨੂੰ ਭੁੱਲ ਨਹੀਂ ਸਕਦਾ, ਪਰ ਤੈਨੂੰ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਦਿਆਂਗਾ। ਸ਼ਿਵਾਨੀ ਕਹਿੰਦੀ ਆ ਕਿ ਮੈਨੂੰ ਤੁਹਾਡੀ ਪਹਿਲੀ ਜ਼ਿੰਦਗੀ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਵਿਆਹ ਤੋਂ ਬਾਅਦ ਮੈਂ ਤੁਹਾਨੂੰ ਕਿਸੇ ਦੀ ਹੋਣ ਨਹੀਂ ਦਿਆਂਗੀ। ਤੇ ਉਹ ਦੋਵੇਂ ਮੁਸਕਰਾਉਂਦੇ ਹੋਏ ਇੱਕ ਦੂਜੇ ਦੇ ਹੱਥ ਵਿੱਚ ਹੱਥ ਫੜ ਬਾਹਰ ਆ ਜਾਂਦੇ ਹਨ। ਰੋਹਨ ਸ਼ਿਵਾਨੀ ਨੂੰ ਉਸਦੇ ਘਰ ਛੱਡਣ ਜਾ ਰਿਹਾ ਸੀ ਤਾਂ ਅਨਾਥ ਆਸ਼ਰਮ ਦੇ ਸਾਹਮਣੇ ਆ ਸ਼ਿਵਾਨੀ ਕਹਿੰਦੀ ਕਿ ਇੱਕ ਮਿੰਟ ਗੱਡੀ ਰੋਕਣਾ। ਰੋਹਨ ਗੱਡੀ ਰੋਕਦਾ ਹੈ ਤਾਂ ਉਹ ਕਹਿੰਦੀ ਆ
ਕਿ ਆਪਾਂ ਆਪਣੀ ਜ਼ਿੰਦਗੀ ਦੀ ਪਹਿਲੀ ਮੁਲਾਕਾਤ ਦੀ ਖੁਸ਼ੀ ਵਿੱਚ ਅਨਾਥ ਆਸ਼ਰਮ ਲਈ ਕੁਝ ਦਾਨ ਦੇ ਕੇ ਜਾਂਦੇ ਹਾਂ। ਉਹ ਅਨਾਥ ਆਸ਼ਰਮ ਦੇ ਅੰਦਰ ਜਾ ਕੇ ਉਹ ਮੈਨੇਜਰ ਨੂੰ 5000 ਰੁਪਏ ਦੇ ਕੇ ਕਹਿੰਦੇ ਹਨ ਕਿ ਆਹ ਕੁਝ ਦਾਨ ਅਨਾਥ ਆਸ਼ਰਮ ਲਈ ਆ। ਮੈਨੇਜਰ ਰੋਹਨ ਨੂੰ ਪਛਾਣ ਲੈਂਦਾ ਹੈ ਤੇ ਕਹਿੰਦਾ, ਸਰ ਤੁਸੀਂ ਇੱਥੇ ਕਿਵੇਂ ਆਓ, ਸਰ ਬੈਠੋ। ਤੇ ਉਹਨਾਂ ਲਈ ਕੁਰਸੀਆਂ ਅੱਗੇ ਕਰਦਾ ਹੋਇਆ ਰੋਹਨ ਤੇ ਸ਼ਿਵਾਨੀ ਪੈਰ ਜਾਂਦੇ ਹਨ ਤਾਂ ਰੋਹਨ ਕਹਿੰਦਾ ਆ ਕਿ ਅਸੀਂ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਾਂ ਤਾਂ ਸੋਚਿਆ ਕਿਉਂ ਨਾ ਕਿਸੇ ਚੰਗੇ ਕੰਮ ਨਾਲ ਕੀਤੀ ਜਾਵੇ। ਮੈਨੇਜਰ ਫੋਨ ਲੈ ਕੇ ਉਹਨਾਂ ਦੀ ਫੋਟੋ ਖਿੱਚਣ ਲੱਗ ਪਿਆ ਤਾਂ ਉਹਨਾਂ ਨੂੰ ਕਹਿੰਦਾ, ਸਰ ਅੰਦਰ ਆ ਕੇ ਲੋੜਵੰਦਾਂ ਨਾਲ ਇੱਕ ਫੋਟੋ ਦੇ ਦਿਓ। ਰੋਹਨ, ਨਹੀਂ ਅਸੀਂ ਕੋਈ ਫੋਟੋ ਖਿਚਵਾਉਣ ਲਈ ਨਹੀਂ ਆਏ, ਉਂਝ ਮਿਲ ਕੇ ਬਜ਼ੁਰਗਾਂ ਦਾ ਆਸ਼ੀਰਵਾਦ ਲੈ ਲੈਂਦੇ ਹਾਂ। ਤੇ ਉਹ ਅਨਾਥ ਆਸ਼ਰਮ ਦੇ ਅੰਦਰ ਜਾਂਦੇ ਹਨ ਤਾਂ ਬਿੰਮੀ ਸਭ ਤੋਂ ਅੱਗੇ ਹੀ ਮੰਜੇ ਤੇ ਬੈਠੀ ਸੀ। ਉਸਨੇ ਜਦੋਂ ਰੋਹਨ ਨੂੰ ਵੇਖਿਆ ਤਾਂ ਉਹ ਦੁਪੱਟੇ ਨਾਲ ਮੂੰਹ ਟੱਕ ਲੈਂਦੀ ਆ। ਇਹ ਲੜਕੀ ਅੱਜ ਹੀ ਆਈ ਆ, ਇਹ ਮੰਦਿਰ ਵਿੱਚ ਇਕੱਲੀ ਬੈਠੀ ਸੀ, ਇੱਕ ਆਦਮੀ ਤੇ ਔਰਤ ਇਸ ਨੂੰ ਇੱਥੇ ਛੱਡ ਗਏ, ਇਹ ਸ਼ਾਇਦ ਬੋਲ ਨਹੀਂ ਸਕਦੇ। ਉੱਥੇ ਦੇਖਭਾਲ ਕਰਨ ਵਾਲੀ ਲੜਕੀ ਨੇ ਉਹਨਾਂ ਨੂੰ ਦੱਸਿਆ। ਸ਼ਿਵਾਨੀ ਨੇ ਉਸਨੂੰ ਬੁਲਾਉਣਾ ਚਾਹਿਆ ਤਾਂ ਉਸਨੇ ਮੂੰਹ ਥੱਲੇ ਨੂੰ ਕਰ ਲਿਆ। ਮੈਨੇਜਰ ਕਹਿੰਦਾ, ਮੈਡਮ ਇਹ ਲੜਕੀ ਕੁਛ ਨਹੀਂ ਬੋਲਦੀ, ਲੱਗਦਾ ਗੂੰਗੀ ਆ। ਉਦੋਂ ਵੀ ਉੱਥੇ ਬੈਠੇ ਬਜ਼ੁਰਗਾਂ ਕੋਲ ਚਲੇ ਜਾਂਦੇ ਹਨ ਤੇ ਉਹਨਾਂ ਤੋਂ ਆਸ਼ੀਰਵਾਦ ਲੈਂਦੇ ਹਨ। ਸਾਰੇ ਆਸ਼ਰਮ ਦਾ ਦੌਰਾ ਕਰਦੇ ਹੋਏ ਸਾਰਾ ਸਟਾਫ ਉਹਨਾਂ ਦੇ ਮੰਗਰ ਹੀ ਆ ਜਾਂਦਾ ਹੈ। ਰੋਹਨ ਉੱਥੇ ਬਜ਼ੁਰਗਾਂ ਲਈ ਹੋਰ 5000 ਮੈਨੇਜਰ ਨੂੰ ਦਿੰਦਾ ਹੈ ਤੇ ਕਹਿੰਦਾ, ਇਹਨਾਂ ਲਈ ਕੂਲਰ ਲਗਵਾਓ, ਗਰਮੀ ਬਹੁਤ ਹੋ ਗਈ ਆ। ਸ਼ਿਵਾਨੀ ਕਹਿੰਦੀ ਆ ਕਿ ਜੋ ਲੜਕੀ ਇੱਥੇ ਬੈਠੀ ਸੀ ਉਹ ਕਿੱਥੇ ਗਈ। ਸਾਰਾ ਸਟਾਫ ਇੱਧਰ ਉੱਧਰ ਉਸਨੂੰ ਵੇਖਣ ਲੱਗਾ ਪਰ ਉਹ ਕਿਤੇ ਨਹੀਂ ਸੀ। ਮੈਨੇਜਰ ਜਦੋਂ ਰੋਹਨ ਦੇ ਦਿੱਤੇ ਪੈਸੇ ਦਰਾਜ਼ ਵਿੱਚ ਪਾਉਣ ਲੱਗਾ ਤਾਂ ਉਸਦਾ ਮੂੰਹ ਅੱਡਿਆ ਰਹਿ ਗਿਆ। ਉਹ ਕਹਿੰਦਾ ਕਿ ਸਰ, ਜੋ ਤੁਸੀਂ 5000 ਪਹਿਲਾਂ ਦਿੱਤੇ ਸੀ ਉਹ ਪੈਸੇ ਵੀ ਦਰਾਜ਼ ਵਿੱਚ ਨਹੀਂ ਹਨ, ਮੈਂ ਦਰਾਜ਼ ਨੂੰ ਲੋਕ ਕਰਨਾ ਭੁੱਲ ਗਿਆ ਸੀ, ਸ਼ਾਇਦ ਉਹ ਲੜਕੀ ਪੈਸੇ ਲੈ ਕੇ ਭੱਜ ਗਈ ਆ, ਮੈਂ ਪੁਲਿਸ ਨੂੰ ਫੋਨ ਕਰਦਾ ਹਾਂ, ਅਜੇ ਜ਼ਿਆਦਾ ਦੂਰ ਨਹੀਂ ਗਈ ਹੋਵੇਗੀ। ਸ਼ਿਵਾਨੀ, ਨਹੀਂ ਤੁਸੀਂ ਪੁਲਿਸ ਰਿਪੋਰਟ ਨਾ ਕਰੋ, ਪਤਾ ਨਹੀਂ ਉਸਦੀ ਕੀ ਮਜਬੂਰੀ ਹੋਵੇਗੀ, ਦੇਖਣ ਨੂੰ ਤਾਂ ਸ਼ਰੀਫ ਜੀ ਲੱਗਦੀ ਸੀ। ਰੋਹਨ, ਮੈਡਮ ਠੀਕ ਕਹਿ ਰਹੇ ਹਨ, ਤੁਸੀਂ ਪੁਲਿਸ ਨੂੰ ਫੋਨ ਨਾ ਕਰਨਾ, ਐਵੇਂ ਵਿਚਾਰੀ ਛੋਟੇ ਬੱਚੇ ਨਾਲ ਥਾਣੇ ਵਿੱਚ ਧੱਕੇ ਖਾਂਦੀ ਰਹੇਗੀ, ਮੈਂ ਤੁਹਾਨੂੰ ਕਿਸੇ ਦਿਨ ਹੋਰ ਪੈਸੇ ਦੇ ਜਾਵਾਂਗਾ। ਰੋਹਨ ਤੇ ਸ਼ਿਵਾਨੀ ਉੱਥੋਂ ਚਲੇ ਜਾਂਦੇ ਹਨ ਪਰ ਸ਼ਿਵਾਨੀ ਨੂੰ ਪਰੇਸ਼ਾਨ ਵੇਖ ਰੋਹਨ ਕਹਿੰਦਾ ਆ, ਤੁਸੀਂ ਉਸ ਲੜਕੀ ਲਈ ਪਰੇਸ਼ਾਨ ਹੋ? ਤਾਂ ਸ਼ਿਵਾਨੀ ਕਹਿੰਦੀ ਆ ਕਿ ਮੈਨੂੰ ਉਹ ਲੜਕੀ ਚੋਰ ਤਾਂ ਨਹੀਂ ਲੱਗਦੀ ਸੀ, ਪਰ ਉਹ ਪੈਸੇ ਲੈ ਕੇ ਕਿਉਂ ਬਚ ਗਈ? ਰੋਹਨ, ਹੋ ਸਕਦਾ ਹੈ ਕਿ ਉਸਦੀ ਦਿਮਾਗੀ ਹਾਲਤ ਠੀਕ ਨਾ ਹੋਵੇ, ਵੇਖਣ ਨੂੰ ਵੀ ਲੱਗਦੀ ਨਹੀਂ ਸੀ ਕਿ ਮੈਂ ਮੂੰਹ ਤੇ ਕੱਪੜਾ ਜਿਹਾ ਲਪੇਟਿਆ ਸੀ। ਸ਼ਿਵਾਨੀ, ਕਿਤੇ ਉਸਨੂੰ ਤੇ ਉਸਦੇ ਬੱਚੇ ਨੂੰ ਕੁਛ ਨਾ ਹੋ ਜਾਵੇ, ਸਾਨੂੰ ਉਸਨੂੰ ਲੱਭਣਾ ਚਾਹੀਦਾ ਆ। ਰੋਹਨ ਸ਼ਿਵਾਨੀ ਨੂੰ ਕਹਿੰਦਾ ਆ ਕਿ ਆਪਾਂ ਉਸਨੂੰ ਕਿੱਥੇ ਲੱਭਾਂਗੇ, ਕੀ ਪਤਾ ਕਿੱਧਰ ਨੂੰ ਗਈ ਆ, ਤੂੰ ਰਸਤੇ ਵਿੱਚ ਵੇਖੀ ਜਾ, ਜੇ ਕਿਤੇ ਮਿਲ ਗਈ ਤਾਂ ਗੱਡੀ ਵਿੱਚ ਬਿਠਾ ਲਵਾਂਗੇ। ਰੋਹਨ ਤੇ ਸ਼ਿਵਾਨੀ ਨੇ ਬਹੁਤ ਵੇਖਿਆ ਪਰ ਉਹ ਉਹਨਾਂ ਨੂੰ ਕਿਤੇ ਨਾ ਮਿਲੀ। ਬਲਰਾਜ ਰੋਟੀ ਖਾਣ ਆਇਆ ਤੇ ਰੇਨੂ ਕਮਰੇ ਵਿੱਚੋਂ ਬਾਹਰ ਹੀ ਨਾ ਆਈ। ਸ਼ੀਲਾ ਨੇ ਉਸਨੂੰ ਰੋਟੀ ਦਿੱਤੀ ਤਾਂ ਸ਼ੀਲਾ ਨੂੰ ਪੁੱਛਦਾ ਆ ਕਿ ਵਿੰਮੀ ਕਿੱਥੇ ਆ। ਉਹ ਕਹਿੰਦੀ ਕਿ ਮੈਂ ਜਦੋਂ ਆਈ ਸੀ ਵਿੰਮੀ ਘਰ ਨਹੀਂ ਸੀ, ਪਤਾ ਨਹੀਂ ਕਿੱਥੇ ਗਈ ਆ। ਬਲਰਾਜ ਸੋਚਦਾ ਆ ਕਿ ਵਿੰਮੀ ਕਦੇ ਵੀ ਇਕੱਲੀ ਘਰੋਂ ਬਾਹਰ ਗਈ ਨਹੀਂ, ਕਿਤੇ ਅਨਾਮਿਕਾ ਬਿਮਾਰ ਨਾ ਹੋ ਗਈ ਹੋਵੇ, ਚਲੋ ਆ ਜਾਵੇਗੀ, ਕੋਈ ਕੰਮ ਹੋਵੇਗਾ ਤਾਂ ਹੀ ਗਈ ਹੋਣੀ ਆ। ਬਲਰਾਜ ਰੋਟੀ ਖਾ ਕੇ ਦੁਕਾਨ ਤੇ ਚਲਾ ਗਿਆ। ਵਿੰਮੀ ਪੈਸੇ ਲੈ ਕੇ ਬੱਸ ਸਟੈਂਡ ਤੇ ਆ ਗਈ। ਪੈਸੇ ਅਖਬਾਰ ਵਿੱਚੋਂ ਕੱਢ ਕੇ ਵੱਚੀ ਦੇ ਤੌਲੀਏ ਦੀ ਇੱਕ ਕੰਨੀ ਵਿੱਚ ਬੰਨ ਕੇ
ਬੱਚੀ ਦੇ ਥੱਲੇ ਕਰ ਲਏ ਤੇ ਅਖਬਾਰ ਹੱਥ ਵਿੱਚ ਫੜ ਕੇ ਬੈਠੀ ਸੋਚ ਰਹੀ ਸੀ ਕਿ ਮੈਂ ਹੁਣ ਇਸ ਸ਼ਹਿਰ ਵਿੱਚ ਨਹੀਂ ਰਹਿਣਾ, ਪਰ ਜਾਵਾਂ ਵੀ ਕਿੱਥੇ। ਉਦੋਂ ਹੀ ਉਸਦਾ ਧਿਆਨ ਇੱਕ ਇਤਿਹਾਸ ਤੇ ਗਿਆ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਚੰਡੀਗੜ੍ਹ ਵਿੱਚ ਪਲੇ ਸਮਾਰਟ ਸਕੂਲ ਸੈਕਟਰ 37 ਵਿੱਚ ਬੱਚੇ ਸਾਂਭਣ ਵਾਲੀ ਔਰਤ ਦੀ ਲੋੜ ਆ। ਮੰਮੀ ਸੋਚਦੀ ਆ ਕਿ ਉੱਥੇ ਤਾਂ ਮੈਨੂੰ ਕੋਈ ਪਛਾਣਦਾ ਵੀ ਨਹੀਂ, ਮੈਂ ਉੱਥੇ ਹੀ ਚਲੀ ਜਾਂਦੀ ਹਾਂ, ਮੇਰਾ ਸਾਰੇ ਰਿਸ਼ਤਿਆਂ ਤੋਂ ਵਿਸ਼ਵਾਸ ਉੱਠ ਗਿਆ ਹੈ। ਤੇ ਉਹ ਚੰਡੀਗੜ੍ਹ ਦੀ ਬੱਸ ਵਿੱਚ ਬੈਠ ਚੰਡੀਗੜ੍ਹ ਚਲੇ ਜਾਂਦੀ ਆ। ਬੱਸ ਸਟੈਂਡ ਤੋਂ ਉਹ ਰਿਕਸ਼ੇ ਵਾਲੇ ਨੂੰ ਉਸ ਐਡਰੈਸ ਤੇ ਪਹੁੰਚਣ ਲਈ ਕਹਿੰਦੀ ਆ। ਉਹ ਕਹਿੰਦਾ ਹੈ ਕਿ ਮੈਡਮ ਆਪ ਲੋਕਲ ਬੱਸ ਪਰ ਸੈਕਟਰ 37 ਚਲੇ ਜਾਓ, ਵਹਾਂ ਸੇ ਰਿਕਸ਼ਾ ਲੈ ਲੈਣਾ, ਯਹਾਂ ਸੇ ਰਿਕਸ਼ਾ ਪਰ ਬਹੁਤ ਦੂਰ ਪੜਤਾ ਹੈ। ਵਿਮੀ ਲੋਕਲ ਬੱਸ ਤੇ ਬੈਠ 37 ਸੈਕਟਰ ਚਲੀ ਜਾਂਦੀ ਆ ਤੇ ਉੱਥੋਂ ਰਿਕਸ਼ਾ ਲੈ ਕੇ ਪਲੇ ਸਕੂਲ ਪਹੁੰਚੀ ਤਾਂ ਉੱਥੇ ਜਿੰਦਾ ਲੱਗਾ ਹੋਇਆ ਸੀ। ਉੱਤੋਂ ਸ਼ਾਮ ਦਾ ਖੁਸਮੁਸਾ ਜਿਹਾ ਹੋ ਗਿਆ ਸੀ, ਉਹ ਸਵੇਰ ਦੀ ਭੁੱਖਣ ਪਾਣੀ ਸੀ, ਬੱਚੀ ਵੀ ਉਸਦਾ ਦੁੱਧ ਪੀਂਦੀ ਸੀ। ਉਸਦੇ ਦਿਲ ਨੂੰ ਘਬਰਾਹਟ ਹੋ ਰਹੀ ਸੀ, ਕਿਤੇ ਪਾਣੀ ਵੀ ਨਜ਼ਰ ਨਹੀਂ ਆ ਰਿਹਾ ਸੀ। ਉਹ ਗੇਟ ਦੇ ਅੱਗੇ ਜ਼ਮੀਨ ਤੇ ਬੈਠ ਗਈ। ਜਦੋਂ ਉਹ ਬੈਠੀ ਤਾਂ ਬੱਚੀ ਰੋਣ ਲੱਗ ਪਈ। ਬੱਚੀ ਦੇ ਰੋਣ ਦੀ ਆਵਾਜ਼ ਸੁਣ ਕੇ ਸਾਹਮਣੇ ਵਾਟਰ ਵਰਕਸ ਵਾਲਿਆਂ ਦੇ ਦਫ਼ਤਰ ਤੋਂ ਇੱਕ ਸਰਦਾਰ ਆਦਮੀ ਆਇਆ ਤੇ ਵਿਮੀ ਨੂੰ ਪੁੱਛਦਾ ਹੈ ਕਿ ਬੇਟਾ ਤੂੰ ਇੱਥੇ ਕੀ ਕਰ ਰਹੀ ਆ। ਵਿਮੀ ਉਸ ਨੂੰ ਕਹਿੰਦੀ ਆ ਕਿ ਅੰਕਲ ਪਲੀਜ਼ ਪਾਣੀ ਦੇਣਾ, ਬਹੁਤ ਪਿਆਸ ਲੱਗੀ ਆ। ਉਹ ਆਦਮੀ ਵਿਮੀ ਦੀ ਹਾਲਤ ਵੇਖ ਭੱਜ ਕੇ ਪਾਣੀ ਦਾ ਗਿਲਾਸ ਲੈ ਆਇਆ। ਪਾਣੀ ਪਿਆ ਕੇ ਉਹ ਵਿਮੀ ਨੂੰ ਪੁੱਛਦਾ ਹੈ ਕਿ ਬੇਟਾ ਤੂੰ ਇੱਥੇ ਕਿਸ ਤਰ੍ਹਾਂ ਬੈਠੀ ਆ, ਉਹ ਵੀ ਛੋਟੀ ਜਿਹੀ ਬੱਚੀ ਦੇ ਨਾਲ। ਵਿਮੀ, ਅੰਕਲ ਮੈਂ ਅਖਬਾਰ ਵਿੱਚ ਐਡ ਵੇਖੀ ਸੀ ਕਿ ਇਸ ਸਕੂਲ ਵਿੱਚ ਬੱਚੇ ਸਾਂਭਣੀ ਔਰਤ ਦੀ ਜ਼ਰੂਰਤ ਆ, ਮੈਂ ਨੌਕਰੀ ਦਾ ਪਤਾ ਕਰਨ ਆਈ ਸੀ। ਬੇਟਾ ਤੂੰ ਸਵੇਰੇ ਆਉਣਾ ਸੀ, ਇਸ ਵੇਲੇ ਤਾਂ ਸਕੂਲ ਬੰਦ ਹੁੰਦਾ। ਫਿਮੀ, ਅੰਕਲ ਮੈਂ ਦੂਰੋਂ ਆਈ ਹਾਂ ਇਸ ਕਰਕੇ ਲੇਟ ਹੋ ਗਈ, ਇੱਥੇ ਕਿਤੇ ਰਾਤ ਰਹਿਣ ਲਈ ਜਗ੍ਹਾ ਮਿਲ ਸਕਦੀ ਆ। ਉਹ ਆਦਮੀ ਉਸਦੇ ਸਿਰ ਤੇ ਹੱਥ ਰੱਖਦਾ ਹੋਇਆ ਕਹਿੰਦਾ ਹੈ ਕਿ ਬੇਟਾ ਛੋਟਾ ਬੱਚਾ ਤੇ ਨੌਕਰੀ ਕਿਵੇਂ ਕਰੇਂਗੀ, ਤੇਰੇ ਨਾਲ ਕੋਈ ਕਿਉਂ ਨਹੀਂ ਆਇਆ। ਜਦੋਂ ਉਸ ਆਦਮੀ ਨੇ ਵਿਮੀ ਦੇ ਸਿਰ ਤੇ ਹੱਥ ਰੱਖਿਆ ਤਾਂ ਉਸਨੂੰ ਆਪਣੇਪਨ ਦਾ ਅਹਿਸਾਸ ਹੋਇਆ ਤੇ ਉਸਦਾ ਰੋਣਾ ਨਿਕਲ ਗਿਆ। ਉਹ ਕਹਿੰਦੀ ਅੰਕਲ ਮੇਰਾ ਕੋਈ ਨਹੀਂ ਆ, ਬੱਚੀ ਦੇ ਪਿਤਾ ਦੀ ਮੌਤ ਹੋ ਗਈ ਆ ਤੇ ਮੈਂ ਇਕੱਲੀ ਹਾਂ, ਸੋਚਿਆ ਸਕੂਲ ਵਿੱਚ ਲੈ ਕੇ ਆਪਣੀ ਰੋਟੀ ਲਈ 4 ਪੈਸੇ ਕਮਾ ਲਵਾਂਗੀ। ਉਹ ਆਦਮੀ ਕਹਿੰਦਾ ਉੱਠ ਧੀਏ ਤੂੰ ਮੇਰੇ ਘਰ ਰਹਿ ਜਾ, ਮੈਂ ਇੱਥੇ ਹੀ ਸਾਹਮਣੇ ਵਾਟਰ ਵਰਕਸ ਦੇ ਕੋਲ ਰਹਿਣਾ ਆ, ਮੇਰੀ ਇੱਥੇ ਡਿਊਟੀ ਆ। ਉਹ ਵਿਮੀ ਨੂੰ ਆਪਣੇ ਘਰ ਲੈ ਗਿਆ ਤੇ ਜਾ ਕੇ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਸੁਰਜੀਤ ਆਵੇ ਕੌਣ ਆਇਆ ਆ। ਉਸਦੀ ਪਤਨੀ ਬਾਹਰ ਆਈ ਤੇ ਪੁੱਛਦੀ ਆ ਇਹ ਕੌਣ ਆ। ਇਹ ਆਪਾਂ ਨੂੰ ਰੱਬ ਨੇ ਧੀ ਦੇ ਦਿੱਤੀ, ਤੂੰ ਝੁਰਦੀ ਸੀ ਨਾ ਕਿ ਜੇ ਰੱਬ ਨੇ ਪੁੱਤਰ ਨਹੀਂ ਸੀ ਦੇਣਾ ਤਾਂ ਧੀ ਹੀ ਦੇ ਛੱਡਦਾ, ਆ ਉਸਨੇ ਧੀਸ ਨੇ ਵਿਆਹ ਦੇ ਦਿੱਤੀ, ਨਾਲ ਬੱਚਾ ਵੀ ਆ। ਸੁਰਜੀਤ ਕਹਿੰਦੀ ਆ ਕਿ ਇਹਨੂੰ ਤੁਸੀਂ ਕਿੱਥੋਂ ਲੈ ਕੇ ਆਏ ਹੋ। ਉਹ ਆਦਮੀ ਆਪਣੀ ਪਤਨੀ ਨੂੰ ਕਹਿੰਦਾ ਆ ਕਿ ਪਹਿਲਾਂ ਇਸ ਨੂੰ ਕੁਛ ਖਾਣ ਪੀਣ ਦੇ, ਫਿਰ ਪੁੱਛਦੇ ਹਾਂ ਕਿ ਇਹ ਕਿੱਥੋਂ ਆਈ ਆ। ਉਧਰ ਬਲਰਾਜ ਘਰੋਂ ਦੁਕਾਨ ਤੇ ਗਿਆ ਪਰ ਉਸਦੇ ਦਿਮਾਗ ਵਿੱਚ ਹੀ ਗੱਲ ਆ ਰਹੀ ਸੀ ਕਿ ਵਿਮੀ ਅੱਜ ਤੱਕ ਕਦੇ ਵੀ ਇਕੱਲੀ ਘਰੋਂ ਬਾਹਰ ਨਹੀਂ ਗਈ, ਜੇ ਕੋਈ ਜ਼ਰੂਰਤ ਹੁੰਦੀ ਤਾਂ ਮੈਨੂੰ ਫੋਨ ਕਰ ਲੈਂਦੇ, ਉਹ ਕਿੱਥੇ ਗਈ ਹੋਵੇਗੀ। ਇਹੀ ਸੋਚਾਂ ਸੋਚਦਾ ਥੋੜ੍ਹੀ ਦੇਰ ਦੁਕਾਨ ਤੇ ਬੈਠ ਉਹ ਫਿਰ ਤੋਂ ਘਰ ਵਾਪਸ ਆ ਜਾਂਦਾ ਹੈ। ਵਿਮੀ ਅਜੇ ਵੀ ਘਰ ਨਹੀਂ ਆਈ ਸੀ। ਬਲਰਾਜ ਨੂੰ ਉਸਦੀ ਫਿਕਰ ਹੋਣ ਲੱਗੀ। ਉਹ ਸੋਨੂੰ ਤੇ ਕੀਰਤ ਨੂੰ ਫੋਨ ਕਰਦਾ ਹੈ ਕਿ ਤੁਹਾਨੂੰ ਪਤਾ ਹੈ ਵਿਮੀ ਕਿੱਥੇ ਗਈ ਆ, ਤਾਂ ਕੀਰਤ ਕਹਿੰਦੀ ਹੈ ਕਿ ਪਾਪਾ ਜਦੋਂ ਅਸੀਂ ਆਏ ਸੀ ਤਾਂ ਦੀਦੀ ਘਰ ਹੀ ਸੀ, ਉਸਨੇ ਤਾਂ ਕਿਤੇ ਜਾਣ ਦੀ ਗੱਲ ਵੀ ਨਹੀਂ ਕੀਤੀ। ਕਿ ਵਿਮੀ ਦੀਦੀ ਘਰ ਨਹੀਂ ਆ। ਬਲਰਾਜ
ਨਾ ਪੁੱਤਰ, ਮੈਂ ਤਾਂ ਜਦੋਂ ਦੁਪਹਿਰ ਦੀ ਰੋਟੀ ਖਾਣ ਆਇਆ ਸੀ ਤਾਂ ਵਿਮੀ ਘਰ ਨਹੀਂ ਸੀ। ਮੈਂ ਸੋਚਿਆ ਕਿਤੇ ਗਈ ਹੋਵੇਗੀ ਤੇ ਮੈਂ ਦੁਕਾਨ ਤੇ ਚਲਾ ਗਿਆ। ਉੱਥੇ ਬੈਠੇ ਮੈਨੂੰ ਵਿਮੀ ਦੀ ਫਿਕਰ ਹੋਈ ਕਿਉਂਕਿ ਉਹ ਤਾਂ ਕਦੇ ਇਕੱਲੀ ਘਰੋਂ ਬਾਹਰ ਗਈ ਹੀ ਨਹੀਂ ਸੀ। ਮੈਂ ਹੁਣ ਘਰ ਆਈ ਹਾਂ ਤਾਂ ਵਿਮੀ ਹੁਣ ਵੀ ਨਹੀਂ ਆਈ। ਮੈਨੂੰ ਬਹੁਤ ਘਬਰਾਹਟ ਹੋ ਰਹੀ ਆ। ਤੁਸੀਂ ਜਲਦੀ ਘਰ ਆ ਜਾਓ, ਸੋਨੂੰ ਕਹਿੰਦਾ। ਅਸੀਂ ਤਾਂ ਰੋਹਨ ਲਈ ਲੜਕੀ ਪਸੰਦ ਕਰਕੇ ਘਰ ਆ ਗਏ ਸੀ। ਰੋਹਨ ਤੇ ਸ਼ਿਵਾਨੀ ਥੋੜ੍ਹਾ ਟਾਈਮ ਲਈ ਬਾਹਰ ਚਲੇ ਗਏ ਸੀ। ਅਸੀਂ ਉਸ ਦੀ ਵੇਟ ਕਰ ਰਹੇ ਹਾਂ। ਕੋਈ ਨਹੀਂ ਪਾਪਾ, ਅਸੀਂ ਹੁਣੇ ਆਉਂਦੇ ਹਾਂ। ਪਾਪਾ, ਤੁਸੀਂ ਇੱਕ ਵਾਰ ਉਸ ਦੀ ਮੰਮੀ ਪਾਪਾ ਨੂੰ ਪੁੱਛ ਲਵੋ, ਭਾਬੀ ਕਿਤੇ ਉਹਨਾਂ ਘਰ ਨਾ ਚਲੀ ਗਈ ਹੋਵੇ। ਬਲਰਾਜ ਕਹਿੰਦਾ ਆ, ਹਾਂ ਮੈਂ ਉਹਨਾਂ ਨੂੰ ਫੋਨ ਕਰਕੇ ਪੁੱਛਦਾ ਹਾਂ ਤੇ ਉਹ ਅਸ਼ੋਕ ਨੂੰ ਫੋਨ ਕਰਕੇ ਪੁੱਛਦਾ ਆ ਕਿ ਵਿਮੀ ਤੁਹਾਡੇ ਵੱਲ ਆਈ ਆ। ਅਸ਼ੋਕ ਕਹਿੰਦਾ, ਮੈਂ ਤਾਂ ਦਿੱਲੀ ਆਇਆ ਹਾਂ, ਮੈਨੂੰ ਪਤਾ ਨਹੀਂ, ਪਰ ਉਸਨੇ ਤੁਹਾਨੂੰ ਦੱਸੇ ਬਿਨਾਂ ਥੋੜ੍ਹਾ ਆਉਣਾ ਸੀ। ਮੈਂ ਘਰ ਫੋਨ ਕਰਕੇ ਪਤਾ ਕਰਦਾ ਹਾਂ। ਅਸ਼ੋਕ ਨੀਨਾ ਨੂੰ ਫੋਨ ਕਰਦਾ ਹੈ ਤਾਂ ਉਹ ਕਹਿੰਦੀ, ਨਹੀਂ ਵਿਮੀ ਤਾਂ ਇੱਥੇ ਨਹੀਂ ਆਈ। ਅਸ਼ੋਕ ਸੋਚਦਾ ਹੈ ਕਿ ਉਹ ਕਿੱਥੇ ਚਲੀ ਗਈ ਤੇ ਉਹ ਬਲਰਾਜ ਨੂੰ ਫੋਨ ਕਰਕੇ ਦੱਸਦਾ ਆ। ਅਸ਼ੋਕ ਵਿਪਨ ਨੂੰ ਵੀ ਫੋਨ ਕਰਕੇ ਕਹਿੰਦਾ ਆ ਕਿ ਵਿਮੀ ਘਰ ਨਹੀਂ ਆ, ਤੂੰ ਜਲਦੀ ਉਹਨਾਂ ਦੇ ਘਰ ਜਾ ਕੇ ਵੇਖ ਕੀ ਗੱਲ ਆ। ਸੋਨੂੰ ਤੇ ਕੀਰਤ ਛੇਤੀ ਛੇਤੀ ਘਰ ਵਾਪਸ ਆਉਣ ਲੱਗੇ ਤਾਂ ਕੀਰਤ ਦੀ ਮੰਮੀ ਸੁਸ਼ਮਾ ਕਹਿੰਦੀ ਆ ਕਿ ਕੀਰਤ, ਮਠਿਆਈ ਦਾ ਡੱਬਾ ਤਾਂ ਲੈ ਜਾ, ਤੇਰੇ ਭਰਾ ਦਾ ਰੁਕਾ ਹੋਇਆ ਆ। ਕੀਰਤ ਕਹਿੰਦੀ ਆ ਕਿ ਨਹੀਂ ਮੰਮੀ, ਕੱਲ੍ਹ ਹੀ ਲੈ ਜਾਵਾਂਗੇ, ਪਾਪਾ ਘਰ ਇਕੱਲੇ ਬਹੁਤ ਪਰੇਸ਼ਾਨ ਹਨ ਤੇ ਉਹ ਦੋਵੇਂ ਛੇਤੀ ਛੇਤੀ ਚਲੇ ਜਾਂਦੇ ਹਨ। ਕੀਰਤ ਦੇ ਸੋਨੂੰ ਦੇ ਆਉਣ ਤੱਕ ਪਿਪਨ ਵੀ ਆ ਗਿਆ ਤੇ ਉਹ ਬਲਰਾਜ ਨੂੰ ਪੁੱਛਦੇ ਹਨ ਕਿ ਵਿਮੀ ਕਦੋਂ ਗਈ, ਕਿੱਥੇ ਗਈ। ਬਲਰਾਜ ਕਹਿੰਦਾ ਕਿ ਮੈਂ ਤਾਂ ਜਦੋਂ ਰੋਟੀ ਖਾਣ ਆਇਆ ਤਾਂ ਵਿਮੀ ਘਰ ਨਹੀਂ ਸੀ। ਸ਼ੀਲਾ ਤੋਂ ਪੁੱਛਿਆ ਤਾਂ ਉਹ ਵੀ ਕਹਿੰਦੀ ਕਿ ਜਦੋਂ ਮੈਂ ਆਈ ਤਾਂ ਵਿਮੀ ਘਰ ਨਹੀਂ ਸੀ। ਕੀਰਤ ਸੋਨੂੰ ਨੂੰ ਕਹਿੰਦੀ ਹੈ ਕਿ ਮੰਮੀ ਨੂੰ ਪੁੱਛ ਕੇ ਵੇਖ, ਸ਼ਾਇਦ ਉਸਨੂੰ ਕੋਈ ਪਤਾ ਹੋਵੇ। ਧੰਨਵਾਦ ਜੀ ਅੱਜ ਦਾ ਇਹ ਭਾਗ ਸੁਣਨ ਦੇ ਲਈ। ਬਾਕੀ ਕੱਲ੍ਹ ਦੀ ਵੀਡੀਓ 'ਚ ਲੈ ਕੇ ਹਾਜ਼ਰ ਹੋਵਾਂਗੇ ਜੀ। ਬਣੇ ਰਹੋ ਚੈਨਲ ਦੇ ਨਾਲ। ਸਤਿ ਸ਼੍ਰੀ ਅਕਾਲ ਜੀ।